ਨਹੀਂ ਇਹ ਗੁੱਲੀ ਮਰਦਾ ਹੇੜੀ ਵਾਲਾ ਅੱਜ ਦੀ ਤਰੀਕ ਤੇ ਕਹਿੰਦੇ ਮੁੰਡਾ ਟੌਪ ਤੇ ਚੱਲਦਾ ਹੈ ਐਨ ਮੁੰਡੇ ਦਾ ਦੌਰ ਚੱਲਦਾ ਮੁੰਡੇ ਦਾ ਸਮਾਂ ਚੱਲਦਾ ਮੁੰਡੇ ਦਾ ਟਾਈਮ ਚੱਲਦਾ ਬਹੁਤ ਵਧੀਆ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਕਹਿੰਦੇ ਡਿਫੈਂਸ ਮੁੰਡਿਆਂ ਦਾ ਬੜਾ ਮੰਨਿਆ ਪ੍ਰਮੰਨਿਆ ਹੈ ਚੈਣੇ ਵਾਲ ਦੀ ਟੀਮ ਬਾਬਾ ਤੇ ਜੀਜਾ ਹਾਰ ਖੇਡ ਰਹੀ ਹੈ ਉੱਧਰ ਕਹਿੰਦੇ ਗੁੱਲੀ ਇਕੱਲੇ ਹੀ ਗਾਹ ਪਾਈ ਫਿਰਦਾ ਹੈ ਬਹੁਤ ਵਧੀਆ ਮੁਕਾਬਲਾ ਗੁੱਲੀ ਹੈ ਇੱਥੇ ਮੁੰਡੇ ਨੇ ਕਹਿੰਦੇ ਥਲਡ ਚੋਂ ਵੀ ਕਮਾਲਾਂ ਕਰਤੀ ਹੈ ਕਮਾਲ ਹੋਈ ਪਈ ਹੈ ਦੁਨੀਆ ਸਿਆਲ ਹੋਈ ਪਈ ਹੈ ਇਹ ਵੀ ਇੱਧਰ ਕਿਹੜੀ ਟੀਮ ਆ ਗਈ ਸਟੇਜ ਵਾਲੇ ਪਾਸੇ ਇਹ ਮੁੰਡਿਆਂ ਦਾ ਕਹਿੰਦੇ ਝਨੀਰ ਦੇ ਲਾਗੇ ਕਰਕੇ ਚੈਣੇ ਵਾਲਾ ਪਿੰਡ ਆ ਬੜੀ ਪ੍ਰਸਿੱਧ ਟੀਮ ਹੈ ਮੁੰਡਿਆਂ ਦੀ ਤੇ ਜਿਹੜਾ ਨੈੱਟ ਤੇ ਖੇਡਦਾ ਇਹ ਮੁੰਡਾ ਵੱਡੇ ਵੱਡੇ ਮੇਲਿਆਂ ਦਾ ਬੈਸਟ ਬਣਦਾ ਹੈ ਔਰ ਇੱਕ ਗੱਡੀ ਦੇ ਨਾਲ ਸਨਮਾਨਿਆ ਜਾਣ ਵਾਲਾ ਖਿਡਾਰੀ ਹੈ ਔਰ ਭਰਾ ਸਾਡਾ ਚੋਟੀ ਦਾ ਨੈੱਟ ਮੈਨ ਆ ਤੇ ਜਿਹੜਾ ਸੈਂਟਰ 'ਚ ਖੇਡਦਾ ਰੈੱਡ ਕਲਰ ਦੀ ਟੀ ਸ਼ਰਟ ਆ ਮੁੰਡੇ ਦੇ ਇਹ ਮੁੰਡਾ ਜਿਹੜੇ ਫਾਜ਼ਿਲਕਾ ਦੇ ਵਿੱਚੋਂ ਆਇਆ ਹੋਇਆ ਹੈ ਨਾਲ ਬਾਬਾ ਔਰ ਚੈਣੇ ਵਾਲੇ ਪਿੰਡ ਦਾ ਜਿਹੜਾ ਮੰਨਿਆ ਪਰਮੰਨਿਆ ਡਿਫੈਂਸਰ ਖੇਡ ਵਾਲੀਬਾਲ ਦਾ ਉੱਧਰ ਮਰਦਾ ਹੇੜੀ ਪਿੰਡ ਦਾ ਕਹਿੰਦੇ ਅੰਗਰੇਜ਼ ਆ ਸੈਂਟਰ ਦੇ ਵਿੱਚ ਤੇ ਨਾਲ ਸੱਜੇ ਪਾਸੇ ਸੁਮਿਤ ਖੇਡਦਾ ਕਾਫੀ ਸਮੇਂ ਤੋਂ ਗਰਾਊਂਡ ਚ ਹੈ ਬਈਓਵਾਲ ਨੂੰ ਬੇਨਤੀ ਆ ਜਾਓ ਜਲਦੀ ਦੇ ਨਾਲ ਬਈਓਵਾਲ ਲੈ ਵੀ ਆਓ ਜਲਦੀ ਦੇ ਨਾਲ ਬਹੁਤ ਤਗੜਾ ਮੁਕਾਬਲਾ ਖੇਡਿਆ ਜਾ ਰਿਹਾ ਗੁੱਲੀ ਦੇ ਜਿੰਦਰ ਬੜੇ ਤਗੜੇ ਡਿਫੈਂਸਰ ਨੇ ਖੇਡ ਵਾਲੀਬਾਲ ਦੇ ਔਰ ਸਿਆਣੇ ਕਹਿੰਦੇ ਵੀ ਜਾਂ ਤੇ ਰਾਹ ਪਏ ਜਾਣਗੇ ਤੇ ਜਾਂ ਫਿਰ ਵਾਹ ਪਏ ਜਾਣਗੇ ਇੱਧਰ ਸੁੱਖਾ ਮੁੰਡਾ ਖੇਡਦਾ ਨੈੱਟ ਤੇ ਲੈ ਵੀ ਵਰਿੰਦਰ ਹੱਸਦਾ ਖੇਡਦਾ ਰਹਿੰਦਾ ਹੈ ਓਦਾਂ ਇਹ ਗੱਭਰੂ ਦਾ ਮੇਰੇ ਮਿੱਤਰੋਂ ਕਹਿ ਦਈਏ ਵੀ ਨਾਮ ਬੜਾ ਰੱਬ ਦੀ ਕਿਰਪਾ ਹੈ ਪਰ ਜਿਹੜੇ ਹਾਲਾਤਾਂ ਦੇ ਵਿੱਚੋਂ ਉੱਠ ਕੇ ਇਹ ਵਾਲੀਬਾਲ ਖੇਡਣ ਲੱਗ ਪਿਆ ਬਹੁਤ ਧੰਨਵਾਦ ਜੀ ਨਿਰਮਲ ਢਿੱਲੋਂ ਜੀ ਸਟਾਰ ਭੇਜਣਵਾ ਦੇ ਧੰਨਵਾਦ ਵੀਰੇ ਨਿਰਮਲ ਢਿੱਲੋਂ ਨੇ ਸਟਾਰ ਭੇਜਿਆ ਵੱਡੀ ਸਪੋਰਟ ਪੇਜ ਨੂੰ ਬਹੁਤ ਧੰਨਵਾਦ ਨਿਰਮਲ ਢਿੱਲੋਂ ਦਾ ਪੇਜ ਵੱਲੋਂ ਬਹੁਤ ਬਹੁਤ ਧੰਨਵਾਦ ਵੀਰੇ ਬੰਦਾ ਸੋਚ ਨੂੰ ਨਹੀਂ ਸਕਦਾ ਔਰ ਫਿਰ ਵੀ ਬੜੀ ਮਿਹਨਤ ਕਰਦਾ ਹੈ ਬੜਾ ਜਿੰਦਾ ਦਿਲ ਇਨਸਾਨ ਹੈ ਕਿਉਂਕਿ ਜਿਹੜੀਆਂ ਦੇ ਘਰ ਦੀਆਂ ਜ਼ਿੰਮੇਵਾਰੀਆਂ ਮਜਬੂਰੀਆਂ ਉਹ ਜਾਂ ਤੇ ਇਹ ਜਾਣਦਾ ਜਾਂ ਇਹਦਾ ਰੱਬ ਜਾਣਦਾ ਤੇ ਜਾਂ ਫਿਰ ਜਿਹੜੇ ਉਹਨਾਂ ਨੂੰ ਪਤਾ ਵੀ ਕਿਹੜੀਆਂ ਮਜਬੂਰੀਆਂ ਦੇ ਵਿੱਚੋਂ ਲੰਘ ਕੇ ਆਇਆ ਹੋਇਆ ਹੈ ਬਹੁਤ ਬਹੁਤ ਧੰਨਵਾਦ ਮੈਂ ਕਰਾਂਗਾ ਮੇਰੇ ਛੋਟੇ ਵੀਰ ਦਾ ਪਰ ਹਾਲਾਤ ਸਦਾ ਇੱਕੋ ਜਿਹੇ ਨਹੀਂ ਰਹਿੰਦੇ ਹੁੰਦੇ ਸੁੱਖਿਆ ਹੌਸਲਾ ਨਹੀਂ ਹਾਰਨਾ ਛੋਟੇ ਵੀਰ ਆਉਣ ਵਾਲੇ ਟਾਈਮ 'ਚ ਗੱਲਾਂ ਵੱਡੀਆਂ ਹੋਣਗੀਆਂ ਮੁਕਾਬਲਾ ਚੋਟੀ ਦਾ ਮੁਕਾਬਲਾ ਚੋਟੀ ਦਾ ਬਾਬਾ ਮਿਹਰ ਕਰੇ ਸਮੇਂ ਸਮੇਂ ਦੇ ਨਾਲ ਹਾਲਾਤ ਬਦਲ ਜਾਂਦੇ ਹੈ ਆਓ ਜੀ ਬਈਏਵਾਲ ਵਾਲੇ ਮੁੰਡੇ ਬਈ ਜਲਦੀ ਦੇ ਨਾਲ ਆ ਜਾਓ ਬਈਏਵਾਲ ਬਾਈ ਜੀ ਇੱਧਰ ਮੈਂ ਸੁਣਿਆ ਕਿਰਪਾ ਕਰਕੇ ਗਰਾਊਂਡ 'ਚ ਕੁਰਸੀਆਂ ਨਾ ਹੋ ਬੇਨਤੀ ਹੈ ਕਿਰਪਾ ਕਰਕੇ ਭਰਾਵਾਂ ਦੇ ਇੱਧਰ ਮੈਂ ਸੁਣਿਆ ਫਿਰ ਕੁਰਸੀਆਂ ਚੱਕਣੀਆਂ ਪੈਣੀਆਂ ਬਾਹਰ ਕਰ ਲਓ ਜੀ ਕਿਰਪਾ ਕਰਕੇ ਇੱਧਰ ਮੈਂ ਕਰਾਉਣਾ ਆਪਾਂ ਜਿਹੜੀਆਂ ਕੁਰਸੀਆਂ ਗਰਾਊਂਡ 'ਚ ਆਪ ਹੀ ਬਾਹਰ ਕਰ ਲਓ ਵੀਰ ਬੰਦੇ ਬਈਏਵਾਲ ਦੀ ਟੀਮ ਵੀ ਆ ਗਈ ਹੈ ਕਿਵੇਂ ਨਿਰਮਲ ਵੀਰੇ ਕਿਹੜਾ ਰੈਫਰੀ ਇੱਧਰ ਸਮਝ ਰਹੀ ਗੱਲ ਨਿਰਮਲ ਢਿੱਲੋਂ ਬਾਈ
ਇਹ ਭਰਾ ਹੋ ਗਈ ਜਲਦੀ ਦੇ ਨਾਲ ਬਈਏ ਵਾਲੀ ਮੁੰਡੇ ਆ ਜਾਓ ਗਰਾਊਂਡ ਚ ਕਰਾ ਸਰ ਤਾਂ ਕਿੰਨੇ ਹੋ ਗਏ ਭੈਣ ਵੀਰ ਇੱਧਰ ਭੇਜਣੇ ਨੀ ਆਉਂਦੇ ਓਕੇ ਓਕੇ ਨਿਰਮਲ ਵੀਰੇ ਉਹ ਤਾਂ ਫਿਰ ਵੱਡਾ ਪ੍ਰੋਸੀਜਰ ਆ ਜਿਹਨੂੰ ਨਹੀਂ ਆਉਂਦੇ ਨਿਰਮਲ ਬਾਈ ਮੇਰਾ ਵੀਰ ਬਣ ਕੇ ਜਦ ਹਰ ਇੱਧਰ ਵੱਡਾ ਬਾਈ ਸਾਡਾ ਬਿੱਲਾ ਵੀ ਪੂਰਾ ਖੁਸ਼ ਆ ਵੀ ਮੇਰਾ ਕਲਾਸਮੇਟ ਸੈਮੀ ਦੇ ਵਿੱਚ ਉਹਦਾ ਫੋਨ ਕੋਲੇ ਚਾਹੀਦਾ ਫੇਰ ਪਤਾ ਲੱਗ ਸਕਦਾ ਨਿਰਮਲ ਵੀਰੇ ਧੰਨ ਮਾਜਰਾ ਔਰ ਜਿੱਥੇ ਜਿੱਥੇ ਵਾਲੀਬਾਲ ਦੇ ਮੈਟ ਲੱਗੇ ਆ ਨਾ ਦਿੱਲੀ ਦੱਖਣ ਤੱਕ ਤੇ ਧਰਨ ਮਾਜਰਾ ਦੇ ਜੱਗੀ ਦੀ ਚਰਚਾ ਉੱਥੇ ਉੱਥੇ ਤੱਕ ਆ ਬਹੁਤ ਬਹੁਤ ਧੰਨਵਾਦ ਮੈਂ ਕਰਾਂਗਾ ਸਾਡੇ ਵੀਰ ਦਾ ਔਰ ਜਾਣ ਪਛਾਣ ਬੜਾ ਪਿਆਰ ਸਤਿਕਾਰ ਜਿਹੜਾ ਵੀਰ ਨੇ ਖੱਟੇ ਇਹਨਾਂ ਗਰਾਊਂਡਾਂ ਦੇ ਵਿੱਚ ਔਰ ਬਹੁਤ ਬਹੁਤ ਧੰਨਵਾਦ ਹੈ ਇਹ ਵੀ ਕਰ ਲਓ ਸ਼ੁਰੂ ਮੈਚ ਜੱਗੀ ਕਿੱਥੇ ਆਜ਼ਾਦ ਸਿੰਦਰ ਆਪਣਾ ਨਾਲ ਹੀ ਬੇਨਤੀ ਹੈ ਵੀਰੇ ਬਈਆ ਦੀ ਟੀਮ ਦੇ ਖਿਡਾਰੀ ਉਹ ਵੀ ਆ ਜਾਣਗੇ ਤਰਨ ਨੰਬਰ ਇੱਕ ਵਾਰੀ ਕਰੀ ਸਾਂਝੇ ਕਿੰਨੇ ਕਿੰਨੇ ਬਾਈ ਇੱਕ ਤਿੰਨ ਇੱਕ ਪੁਆਇੰਟ ਆ ਜੀ ਤਿੰਨ ਮਰਦੈੜੀ ਇੱਕ ਚੈਣੇ ਵਾਲਾ ਤਿੰਨ ਨੰਬਰ ਮਰਦੈੜੀ ਦੇ ਤੇ ਇੱਕ ਨੰਬਰ ਮੇਰੇ ਖਿਆਲ ਦੇ ਵਿੱਚ ਚੈਣੇ ਵਾਲ ਦੀ ਟੀਮ ਦਾ ਹੈ ਜ਼ਿਲ੍ਹਾ ਮਾਨਸਾ ਹੈ ਦੂਜੇ ਪਾਸੇ ਰਾਜਾ ਮਹਾਰਾਜਾ ਦੀ ਧਰਤੀ ਜ਼ਿਲ੍ਹਾ ਪਟਿਆਲਾ ਖੇਡ ਰਿਹਾ ਹੈ ਬਹੁਤ ਸੋਹਣਾ ਮੈਚ ਮਾਨਸਾ ਤੇ ਪਟਿਆਲੇ ਦਾ ਮੈਚ ਮਿੱਤਰੋ ਵੀ ਅੜ ਗਈਆਂ ਕੁੰਡੀਆਂ ਬਾਹਰ ਬੈਠੇ ਲੋਕੀ ਗੱਲਾਂ ਇਹ ਕਰਦੇ ਕਿ ਟੀਮਾਂ ਦੋਨੋਂ ਚੰਗੀਆਂ ਦੋਨੋਂ ਟੀਮਾਂ ਬੜੀਆਂ ਟੌਪ ਦੀਆਂ ਟੀਮਾਂ ਹੈ ਇੱਧਰ ਸਾਰਨ ਮਾਜਰੇ ਵਾਲੇ ਮੁੰਡੇ ਵੀ ਆ ਗਏ ਬਈਏ ਵਾਲ ਦੀ ਟੀਮ ਵੀ ਆ ਗਈ ਹੈ ਰੈਫਰੀ ਸਾਹਿਬ ਚਲਾਈਏ ਮੈਚ ਜਲਦੀ ਦੇ ਨਾਲ ਲੈ ਜੈਂਪਰ ਹੁਣ ਸਾਡੋ ਕੁਰਸੀ ਅਮੀਰ ਬਣ ਕੇ ਬਹੁਤ ਸਮਾਂ ਹੋ ਗਿਆ ਖੇਡੀਏ ਮੈਚ ਟਾਸ ਕਰੋ ਵੀਰ ਬਣਦੇ ਹੁਣ ਏਦਾਂ ਨਾ ਕਰੋ ਬਹੁਤ ਸਮਾਂ ਹੋ ਗਿਆ ਹੈ ਆ ਜਾਓ ਭਰਾ ਬਣਦੇ ਕਿਰਾਂ ਲਾਡੀ ਬਈਏ ਵਾਲ ਜੀ ਆਓ ਜਿੰਦਰ ਰਾਏ ਕੋਲ ਲਾਡੀ ਬਈਏ ਵਾਲ ਉਹ ਬਾਲ ਹੋਏ ਜੌਂਟੀ ਯਾਰ ਤਗੜੀ ਬਾਲ ਬਾਈ ਜੀ ਬਈਆ ਦੀ ਟੀਮ ਦੇ ਖਿਡਾਰੀ ਗਰਾਊਂਡ ਦੇ ਵਿੱਚ ਆਓ ਹੁਣ ਤੇ ਬਹੁਤ ਸਮਾਂ ਹੋ ਗਿਆ ਜੀ ਬਈਆ ਦੀ ਟੀਮ ਦੇ ਖਿਡਾਰੀ ਲਾਡੀ ਆਓ ਬਈ ਖੇਡੋ ਯਾਰ ਲਾਡੀ ਬਈਆ ਜੈਂਪਰ ਸਾਰੇ ਜਾਣੇ ਵੀਰੇ ਆਓ ਯਾਰ ਜਿੰਦਰ ਰਾਏਕੋਟ ਅੱਜ ਖੇਡ ਰਿਹਾ ਬਈਆ ਦੀ ਟੀਮ ਦੇ ਲਈ ਔਰ ਇੱਧਰ ਗੋਲਦੀ ਸੰਗੋਵਾਲ ਸਹਾਰਨ ਮਾਜਰੇ ਦੀ ਟੀਮ ਦਾ ਵੱਡਾ ਹਿੱਸਾ ਬਣਿਆ ਹੈ ਮੈਂ ਬੇਨਤੀ ਕਰਦਾ ਇੱਧਰ ਵੀ ਮੈਚ ਆਪਾਂ ਵੀਰੇ ਜਲਦੀ ਸ਼ੁਰੂ ਕਰਾਂਗੇ ਇੱਧਰ ਮੁਕਾਬਲਾ ਗਰਾਊਂਡ ਨੰਬਰ ਇੱਕ ਦੇ ਵਿੱਚ ਵੀ ਔਰ ਜਿਹੜਾ ਤਗੜਾ ਖੇਡਿਆ ਜਾ ਰਿਹਾ ਹੈ ਵੀ ਦਿਨ ਉਹ ਵੀ ਭੁੱਲ ਗਏ ਨਾ ਜਦੋਂ ਸਾਈਕਲ ਅਸੀਂ ਥੱਲੇ ਤੇ ਹੋਇਆ ਕਿਹਦੇ ਬਾਬੇ ਨੇ ਕਰਾਤੀ ਬਹੁਤ ਤਗੜਾ ਮੈਚ ਆ ਸਾਰੇ ਭਰਾ ਸ਼ੇਅਰ ਕਰੀ ਚਲੋ ਵੀਰੇ ਬਾਬਾ ਤਗੜੀ ਬਾਲ ਆ ਗਿਆ ਗਰੇਨ ਤੇ ਬਾਬਾ ਚੈਣੇ ਵਾਲੀ ਆ ਫਿੱਟ ਆ ਚਾਹੀਦੇ ਆ ਤੇ ਦੋ ਚੀਜ਼ਾਂ ਬੰਦੇ ਨੂੰ ਨੇ ਮਾਰ ਦਿੰਦੀਆਂ ਔਰ ਪੈਰ ਤੇ ਸੂਰ ਕਦੇ ਸੱਜਣੇ ਨਹੀਂ ਚਾਹੀਦੇ ਬਾਕੀ ਪੈਰ ਧਰਤੀ ਨਾ ਹੋਣੇ ਕਹਿੰਦੇ ਬੜੇ ਜ਼ਰੂਰੀ ਹੈ ਬਹੁਤ ਵਧੀਆ ਮੈਚ ਖੇਡ ਮੈਦਾਨ ਦੇ ਵਿੱਚ ਚੱਕ ਰਹੇ ਹੈ ਪਹਿਲਾ ਸੈਮੀ ਖੇਡਿਆ ਜਾ ਰਿਹਾ ਹੈ
ਬਰਾਬਰੀ ਤੇ ਮੈਚ ਹੈ, ਕੋਈ ਜ਼ਿਆਦਾ ਫਰਕ ਨਹੀਂ। ਬਈਏ ਵਾਲੀ ਟੀਮ ਨੂੰ ਬਹੁਤ ਵਾਜਾਂ ਵੱਜ ਗਈਆਂ ਜੀ। ਪ੍ਰਬੰਧਕਾਂ ਕੰਨੀ ਇੱਕ ਮਿੰਟ ਦਾ ਸਮਾਂ ਹੈ, ਜੇ ਬਈਏ ਵਾਲ ਨਹੀਂ ਆਉਂਦੇ ਸਹਾਰ ਮਾਇਰਾ ਜੁਗਾ ਜੇਤੂ ਹੋਵੇਗੀ। ਨੋਟ ਕਰ ਲਓ ਬਈਏ ਵਾਲ ਦੇ ਖਿਡਾਰੀਆਂ ਵੀ ਪਾਣੀ ਵਾਲਾ ਵੀਰ ਕਿਰਪਾ ਕਰਕੇ ਜ਼ਰੂਰ ਆਵੇ ਜੀ। ਗਰਾਊਂਡ ਨੰਬਰ ਇੱਕ ਦੇ ਵਿੱਚ ਪਾਣੀ ਵਾਲਾ ਵੀਰ ਸਾਡਾ ਲੈ ਵੀ ਨੱਥੂ ਵਾਲੀਆਂ ਗਰਾਊਂਡ ਨੰਬਰ ਇੱਕ ਦੇ ਵਿੱਚ ਪਾਣੀ ਜ਼ਰੂਰ ਮੇਰਾ ਵੀਰ ਬਣ ਕੇ ਪਹੁੰਚਾਵੇ ਜੀ। ਇੱਧਰ ਬਾਈ ਮਨਦੀਪ ਔਰ ਨਾਲ ਬਾਈ ਗੁਰਮੁਖ ਸੀ ਆਰ ਪੀ ਐਫ ਦੇ ਵਿੱਚ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਵੱਡੀਆਂ ਡਿਊਟੀਆਂ ਵੀਰਾਂ ਦੀਆਂ ਔਰ ਪਰ ਪਿੰਡ ਦੇ ਵਿੱਚ ਮੇਲਾ ਭਰਾਸਾ ਦੇ ਉਚੇਚੇ ਤੌਰ ਤੇ ਪੁੱਜੇ ਹੋਏ ਆ। ਬਹੁਤ ਬਹੁਤ ਧੰਨਵਾਦ ਬਾਈ ਗੁਰਮੁਖ ਸਿੰਘ ਜੀ ਔਰ ਨਾਲ ਸਾਡੇ ਬਾਈ ਮਨਦੀਪ ਸਿੰਘ ਜੀ ਸੀ ਆਰ ਪੀ ਐਫ ਉਹਨਾਂ ਦੇ ਵੱਲੋਂ ਬਹੁਤ ਵੱਡੇ ਯੋਗਦਾਨ ਔਰ ਮੈਚਾਂ ਦਾ ਆਨੰਦ ਪਏ ਬਾਈ ਸਾਡੇ ਬਾਂਬੇ ਹੈ। ਇਹ ਵੀ ਕਿੰਨੇ ਗਏ ਸਕੋਰ ਆ ਤਰਨ ਧੌਲਵਾਂ ਜਰਾ ਇੱਕ ਤਿੰਨ ਇੱਕ ਤਿੰਨ ਹੀ ਆ ਇੱਕ ਤਿੰਨ ਜੀ ਬਈ ਟਾਸ ਕਰੋ ਜੀ ਬਾਲ ਫੜ ਲਓ ਕਿਰਪਾ ਕਰਕੇ ਗੋਲੀ ਸੰਗੋਵਾਲ ਜੀ ਇੱਕ ਤਿੰਨ ਪੁਆਇੰਟ ਆ ਜੀ ਟਾਸ ਕਰ ਲਓ ਜੀ ਬਈ ਵਾਲੀਏ ਖਿਡਾਰੀ ਟਾਸ ਕਰੋ ਜੀ ਦੂਜਾ ਸੈਮੀ ਫਾਈਨਲ ਮੈਚ ਸਿਰੇ ਦੀ ਟੱਕਰ ਹੋਵੇਗੀ ਖੇਡ ਮੈਦਾਨ ਦੇ ਵਿੱਚ ਲਾਡੀ ਟਾਸ ਕਰੋ ਜੀ ਟੀਮ ਆ ਕੇ ਸਹਾਰਨ ਵਾਜਰਾ ਵੀ ਆ ਗਈ ਹੈ ਗੁਆਂਢੀ ਪਿੰਡ ਤੇ ਦੂਜੇ ਪਾਸੇ ਕਹਿੰਦੇ ਬਈਏ ਵਾਲ ਦੋਨੋਂ ਇਸ ਇਲਾਕੇ ਦੀਆਂ ਵੱਡੀਆਂ ਟੀਮਾਂ ਹੈ ਵੱਡੇ ਮੈਚ ਦੀ ਸ਼ੁਰੂਆਤ ਹੋ ਰਹੀ ਹੈ ਸਹਾਰਨ ਮਾਜਰੇ ਵਾਲੇ ਮੁੰਡਿਆਂ ਨੂੰ ਬੇਨਤੀ ਵੀ ਟਾਸ ਕਰ ਲੈਣਗੇ ਸਹਾਰਨ ਮਾਜਰੇ ਵਾਲੇ ਖਿਡਾਰੀ ਕਰੋ ਜੀ ਟਾਸ ਲੈ ਵੀ ਕੌਣ ਆਉਂਦਾ ਸਹਾਰਨ ਮਾਜਰੇ ਵਾਲਾ ਗੋਲੀ ਕੌਣ ਨੀ ਆਇਆ ਹੁਣ ਤੈਨੂੰ ਗੂਗਲ ਪੇ ਕਰਦੇ ਉਹ ਤੇ ਖੜੇ ਆ ਸਾਰੇ ਖੜੇ ਆ ਫਿਰ ਟਾਸ ਕਰੋ ਟਾਸ ਕਿਉਂ ਨੀ ਕਰਦੇ ਜੀ ਉਹ ਕਹਿੰਦਾ ਬੰਦੇ ਆਉਣਗੇ ਫਿਰ ਟਾਸ ਕਰਨਗੇ ਸਹਾਰਨ ਮਾਜਰੇ ਵਾਲੇ ਕਲਡਾ ਦਾ ਬਸ ਕੱਟ ਲਿਓ ਜੀ ਕਲਡਾ ਹੀ ਆ ਕੰਮ ਕਰਤੇ ਨਵਾਬ ਇਦੋਂ ਬਿਨਾਂ ਨੀ ਲੁਟਾਉਣਾ ਇਹਨਾਂ ਨੇ ਹੈਲੋ ਬਹੁਤ ਧੰਨਵਾਦ ਜੀ ਜਸਕਰ ਜਸਕਰ ਤਰੰਗੀ ਨੇ ਸਟਾਰ ਭੇਜਿਆ ਬਹੁਤ ਧੰਨਵਾਦ ਜੀ ਜਸਕਰ ਤਰੰਗੀ ਜੀ ਭਰਾ ਆਪਣਾ ਸਟਾਰ ਭੇਜਣ ਵਾਸਤੇ ਧੰਨਵਾਦ ਜਸਕਰ ਕਿਹੜਾ ਪਿੰਡ ਆਪਣਾ ਵੀਰੇ ਪਿੰਡ ਜ਼ਰੂਰ ਸਾਂਝਾ ਕਰਦੇ ਕਰੋ ਅੱਗੇ ਤੋਂ ਯਾਦ ਰਹਿ ਜਾਂਦਾ ਜੀ ਜਸਕਰ ਤਰੰਗੀ ਨੇ ਸਟਾਰ ਭੇਜਿਆ ਬਹੁਤ ਧੰਨਵਾਦ ਰੰਗੀ ਕੋਹ ਤਾਂ ਮੁਹੰਮਦਗੜ੍ਹ ਚ ਆ ਮੇਰੇ ਹਿਸਾਬ ਨਾਲ ਵੱਧ ਬਈ ਸਟਾਰ ਭੇਜਣ ਵਾਸਤੇ ਬਹੁਤ ਧੰਨਵਾਦ ਜਸਕਰ ਤਰੰਗੀ ਭਰਾ ਦਾ ਬਹੁਤ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ ਬਈਏ ਵਾਲ ਸਹਾਰਨ ਮਾਜਰਾ ਦੂਜੇ ਸੈਮੀ ਦੀ ਸ਼ੁਰੂਆਤ ਹੋ ਰਹੀ ਹੈ ਬਿੰਦਰੀ ਚਾਂਗਲੀ ਵਾਲੇ ਮਾਰਗ ਹਿਲ ਸ਼ੇਰਪੁਰ ਕਾਤਰੋਂ ਦਾ ਇਲਾਕਾ ਸੰਤ ਮਹਾਂਪੁਰਸ਼ਾਂ ਦੀ ਧਰਤੀ ਚਾਂਗਲੀ ਪਿੰਡ ਹੈ ਸਾਧੂ ਹੁੰਦੇ ਸੂਰਿਆਂ ਤੋਂ ਵੱਧ ਰਹਿੰਦੇ ਆਨੇ ਬਣ ਕੇ ਹੁੰਦੇ ਸੂਰਿਆਂ ਤੋਂ ਵੱਧ ਕੀਮਤੀ ਰਹਿੰਦੇ ਆਨੇ ਬਣ ਕੇ ਸਾਧੂ ਸੰਤਾਂ ਦੀ ਧਰਤੀ ਹੈ ਬਹੁਤ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ ਖੇਡਿਆ ਜਾਣਾ ਹੈ ਆਹ
ਬਹੁਤ ਵਧੀਆ ਮੈਚ ਫਿਰ ਮੈਦਾਨ ਦੇ ਵਿੱਚ ਬਾਲ ਵਿਕਾਸ ਬਾਰੇ ਕਿਆ ਲਿਆ ਹੈ ਵਿਕਾਸ ਬਾਰੇ ਕਿਹਾ ਕਰਨ ਵਰਗਿਆਂ ਦੀਆਂ ਗੱਲਾਂ ਕਾਲੇ ਵਰਗਿਆਂ ਦੀਆਂ ਗੱਲਾਂ ਆਉਂਦੀਆਂ ਤਕੜਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਟੀਮ ਚੈਣਿਆਂ ਦੇ ਵੀ ਮੰਨੀ ਪ੍ਰਬੰਧੀ ਹੈ ਲਓ ਮੁੰਡੇ ਕਹਿੰਦੇ ਚਿੜੀ ਵਰਗੇ ਖੇਡ ਰਹੇ ਹੈ ਡਾਕਟਰ ਬੱਲੇ 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 ਵਾਹ ਸੋਹਣਿਆ ਕਮਾਲ ਐਨ ਕਹਿੰਦੇ ਝੰਝਾਰ ਤੇ ਬਾਲ ਲੱਗ ਗਈ ਹੈ ਇਹ ਤੋਂ ਨੰਬਰ ਲੈਣਾ ਵੀ ਗੱਲ ਵੱਡੀ ਹੈ ਇਹ ਤੋਂ ਨੰਬਰ ਲੈਣਾ ਮਜ਼ਾਕ ਥੋੜੀ ਹੈ ਇਹ ਵੀ ਮੁੰਡਾ ਜੀ ਗੱਲ ਮੰਨੇ ਪ੍ਰਵੰਨੇ ਲਫੈਂਸਰਾ ਚਾਹੁੰਦਾ ਹੈ ਡਾਲੀ ਉਧਰਲੇ ਪਾਸੇ ਸਾਡਾ ਭਰਾ ਦਿਲਪ੍ਰੀ ਦੇ ਗਿੱਲ ਕੈਨੇਡਾ ਵਾਲਾ ਪੌਕਸੀ ਪਿੰਡ ਹੈ ਬਾਈ ਦਾ ਬਾਈ ਜੱਸੇ ਦਾ ਕਲਾਸਮੇਟ ਹੈ ਔਰ ਭਰਾ ਸਾਡਾ ਕਹਿੰਦਾ ਵੀ ਅਸੀਂ ਇਕੱਠੇ ਫੜੇ ਇਕੱਠੇ ਖੇਡੇ ਔਰ ਬਾਈ ਸਾਡੇ ਦੇ ਵੱਲੋਂ ਬਹੁਤ ਵੱਡੀ ਮੁਬਾਰਕਬਾਦ ਜਿਹੜੀ ਬਾਈ ਜੱਸੇ ਉਹਨਾਂ ਨੂੰ ਭੇਜੀ ਜਾ ਰਹੀ ਹੈ ਔਰ ਸਾਰੀ ਪ੍ਰਬੰਧਕੀ ਕਮੇਟੀ ਨੂੰ ਸਾਡਾ ਵੀਰ ਕਹਿ ਰਿਹਾ ਵੀ ਬਹੁਤ ਵੱਡੀਆਂ ਮੁਬਾਰਕਾਂ ਨੇ ਜਿਹੜਾ ਮੇਲਾ ਕਰਵਾਇਆ ਐਨ ਮੇਲਾ ਜਿਹੜਾ ਭਰ ਜੋ ਬੰਦਿਆ ਹੈ ਇਹਨਾਂ ਪਿੰਡਾਂ ਦੇ ਵਿੱਚੋਂ ਭਰਾ ਸਾਡਾ ਉੱਠਿਆ ਮਾਣ ਬਣ ਕੇ ਤੇ ਖੇਡ ਵਾਲੀਬਾਲ ਕੱਚੀ ਦੇ ਪਹਿਲੇ ਪ੍ਰਮੋਟਰਾਂ ਦੇ ਵਿੱਚ ਜੇਕਰ ਸਾਡੇ ਵੱਡੇ ਬਾਈ ਦਾ ਔਰ ਬਾਈ ਜੱਸੇ ਦਾ ਕਲਾਸਮੇਟ ਆ ਬਾਈ ਦਿਲਪ੍ਰੀਤ ਗਿੱਲ ਔਕਸੀ ਪਿੰਡ ਤੋਂ ਜਾ ਵਸਿਆ ਵਿੱਚ ਕੈਨੇਡਾ ਦੇ ਬੜੀ ਵੱਡੀ ਮੁਬਾਰਕਬਾਦ ਸਾਡਾ ਬਾਈ ਸਾਰੇ ਨਗਰ ਨੂੰ ਭੇਜ ਰਿਹਾ ਬਹੁਤ ਬਹੁਤ ਧੰਨਵਾਦ ਮੈਂ ਕਰਾਂਗਾ ਵੀ ਛੱਡ ਕੇ ਪੰਜਾਬ ਜੋ ਵਿਦੇਸ਼ 'ਚ ਬੈਠੇ ਨੇ ਇੱਥੇ ਪੁੱਤ ਤੁਰੇ ਫਿਰਦੇ ਆ ਰੂਹਾਂ ਤਾਂ ਉੱਥੇ ਨੇ ਔਰ ਚਲੋ ਇਹ ਵੀ ਗੱਲ ਚੰਗੀ ਆ ਨਹੀਂ ਤਾਂ ਸਭਨਾਂ ਦੇ ਬੂਹੇ ਸਭ ਢੁੱਕ ਜਾਣੇ ਸੀ ਔਰ ਤੁਹਾਡੇ ਸਿਰਾਂ ਤੇ ਪੰਜਾਬ ਦੇ ਨੇ ਮੇਲੇ ਚੱਲਦੇ ਆ ਸਰਕਾਰਾਂ ਸੀ ਬਾਕੀ ਗੱਲ ਸਹੀ ਹੈ ਇਹਨਾਂ ਦੇ ਵੀਰਾਂ ਦੇ ਵੱਡੇ ਸਹਿਯੋਗ ਹੈ ਤੇ ਜਾ ਕੇ ਇਹ ਮੇਲੇ ਤਿੰਨ ਇੱਕ ਸਕੋਰ ਆ ਜੀ ਤਿੰਨ ਇੱਕ ਆ ਵੀਰੇ ਤਿੰਨ ਮਰਦੈੜੀ ਇੱਕ ਚੈਣੇਵਾਲ ਚਾਰ ਸਕੋਰ ਹੋ ਗਏ ਜੀ ਮਰਦੈੜੀ ਦੇ ਚਾਰ ਇੱਕ ਵੀਰੇ ਸੱਤਰ ਫਕੀਰਾਂ ਦੀ ਧਰਤੀ ਹੈ ਮੇਰੇ ਰੰਗਲੇ ਪੰਜਾਬ ਦੀਆਂ ਸਰਦਾਰੀਆਂ ਸਦਾ ਹੀ ਕਾਇਮ ਰਹਿਣ ਅੱਜ ਕਹਿੰਦੇ ਜ਼ਿਲ੍ਹੇ ਲੁਧਿਆਣੇ ਦਾ ਸਭ ਤੋਂ ਵੱਧ ਵਾਦੀ ਜ਼ਿਲ੍ਹੇ ਲੁਧਿਆਣੇ ਦੀ ਹੈ ਤੇ ਸੇਖੇ ਪਿੰਡ ਦੇ ਕਹਿੰਦੇ ਗਰਾਊਂਡ ਦੇ ਵਿੱਚ ਸੈਮੀ ਮੈਚ ਖੇਡੇ ਜਾ ਰਹੇ ਹੈ ਬਹੁਤ ਵਧੀਆ ਟੀਮਾਂ 'ਚ ਖੇਡੀਆਂ ਤੇ ਸੈਮੀ ਖੇਡ ਮੈਦਾਨ ਦੇ ਵਿੱਚ ਆਪਾਂ ਤੱਕ ਰਹੇ ਹੈ ਇੱਕ ਪਾਸੇ ਚੈਣਿਆਲ ਔਰ ਜ਼ਿਲ੍ਹਾ ਮਾਨਸਾ ਵਾਲੇ ਮੁੰਡੇ ਹੈ ਔਰ ਦੂਜੇ ਪਾਸੇ ਆਪਾਂ ਦੇਖਦੇ ਹਾਂ ਵੀ ਪਟਿਆਲੇ ਵਾਲੇ ਮਰਦਾ ਹੇੜੀ ਵਾਲੇ ਖੇਡ ਰਹੇ ਹੈ ਬਹੁਤ ਤਕੜਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਆਪਾਂ ਤੱਕ ਰਹੇ ਹੈ ਅਗਲੀ ਸਰਵੇ ਕਰਨ ਦੇ ਲਈ ਗੱਭਰੂ ਖੇਡ ਮੈਦਾਨ ਦੇ ਵਿੱਚ ਮਰਦਾ ਹੇੜੀ ਵਾਲਾ ਕਹਿੰਦੇ ਤਿਆਰ ਵਰ ਤਿਆਰ ਹੈ ਨੰਬਰ ਦੱਸਦੇ ਵੀ ਕਿੰਨੇ ਕਿੰਨੇ ਹੈ ਚਾਰ ਤੇ ਇੱਕ ਚਾਰ ਨੰਬਰ ਹੈ ਮਰਦਾ ਹੇੜੀ ਦੀ ਟੀਮ ਦੇ ਇੱਕ ਨੰਬਰ ਹੈ ਚੈਣੇ ਵਾਲ ਦਾ ਜਿਹੜੀ ਟੀਮ ਸਟੇਜ ਵਾਲੀ ਸਾਈਡ ਖੇਡ ਰਹੀ ਹੈ ਚਾਰ ਇੱਕ ਹੈ ਉਧਰ ਨੱਥੂ ਵਾਲੀ ਕਹਿੰਦੇ ਪ੍ਰਧਾਨ ਆਇਆ ਹੈ ਜਲਦੀ ਸੇਵਾ ਕਰ ਰਹੇ ਹੈ ਮੈਚ ਦੋ ਨੰਬਰ ਦਾ ਵੀ ਬਹੁਤ ਤਕੜਾ ਹੈ ਇਹ ਵੀ ਨੱਥੂ ਵਾਲੀ ਪਿਆਜੀ ਪਾਣੀ ਤੇਰਾ ਵੀ ਬਹੁਤ ਵੱਡਾ ਧੰਨਵਾਦ ਹੈ ਨੱਥੂ ਵਾਲੀ ਪ੍ਰਧਾਨ ਕਹਿੰਦੇ ਵੱਡੀ ਸੇਵਾ ਕਰ ਰਹੇ ਹੈ ਬੜਾ ਤਕੜਾ ਮੈਚ ਲੈ ਵੀ ਜਾਂਗਲੀ ਵਾਲੇ ਇੱਧਰ ਗੱਲ ਕਿੱਥੇ ਜੀ ਹੈ ਇੱਕ ਤੇ ਦੋ ਇੱਕ ਨੰਬਰ ਬਈਏ ਵਾਲਦਾ ਹੈ ਤੇ ਦੋ ਨੰਬਰ ਮੈਂ ਦੇਖਦਾ ਆਰਨ ਮਾਜਰੇ ਵਾਲੇ ਮੁੰਡਿਆਂ ਦੇ ਹੈ ਸੰਘੋ ਵਾਲੀ ਆ ਕਹਿੰਦੇ ਗੋਲ ਦੀ ਖੇਡ ਰਹੇ ਹੈ ਬਹੁਤ ਸੋਹਣੀ ਖੇਡ ਹੈ ਕਹਿੰਦੇ ਚੰਨਣ ਖੇਡੇ ਵਾਲੇ ਗੋਲ ਦੀ ਵੀ ਚਰਚਾ ਹੈ ਇਹ ਹੈ ਕਹਿੰਦੇ ਸੰਘੋ ਵਾਲੀ ਕਰਨ ਬਿੱਲੇ ਦੇ ਪਿੰਡ ਦਾ ਗੱਭਰੂ ਖੇਡ ਮੈਦਾਨ ਦੇ ਵਿੱਚ
ਸੰਘੋ ਵਾਲੀਆ ਗੋਲਦੀ ਕਹਿੰਦੇ ਕਮਾਲ ਕਰੀ ਤੁਰੇ ਆਉਂਦਾ ਵਧੀਆ ਮੈਚ ਖੇਡਿਆ ਜਾ ਰਿਹਾ ਪਰ ਉਧਰ ਮੁੰਡੇ ਮਰਦਾ ਹੈਡੀ ਵਾਲੇ ਲੀਡ ਬਣਾਈ ਫਿਰਦੇ ਹੈ ਕੈਨੇਵਾਲ ਦੀ ਟੀਮ ਕਹਿੰਦੇ ਚੱਕਰਾਂ ਦੇ ਵਿੱਚ ਹੈ ਮੁੰਡੇ ਮਰਦਾ ਹੈਡੀ ਵਾਲੇ ਲੀਡ ਬਣਾਈ ਫਿਰਦੇ ਹੈ ਪਹਿਲਾਂ ਵੀ ਵੱਡੀਆਂ ਵੱਡੀਆਂ ਟੀਮਾਂ ਸਮੇਂ ਨਾਲ ਮੁੰਡਿਆਂ ਨੇ ਤੋੜ ਦਿੱਤੀਆਂ ਕਹਿੰਦੇ ਚਰਚਿਆਂ ਦੇ ਵਿੱਚ ਰਹਿੰਦੀ ਹੈ ਟੀਮ ਅੱਜ ਕੱਲ੍ਹ ਟਾਈਮ ਮੇਰੇ ਮਿੱਤਰੋ ਗੱਲਾਂ ਸਮੇਂ ਸਮੇਂ ਦੀਆਂ ਆਉਂਦੀਆਂ ਨੇ ਲਾਓ ਸਾਹਮਣੇ ਕਹਿੰਦੇ ਫਿਰ ਮੁੰਡੇ ਤਿਆਰ ਵਰ ਤਿਆਰ ਹੈ ਬਹੁਤ ਵਧੀਆ ਮੈਚ ਜਿਹੜੇ ਖੇਡੇ ਜਾ ਰਹੇ ਆ ਵੀ ਮਾੜਾ ਹੁੰਦਾ ਘਰ ਚ ਕਲੇਸ਼ ਡੇਲੀ ਦਾ ਤੇ ਸਪੀਕਰ ਤੇ ਫੋਨ ਲਾਈ ਦਾਣੀ ਸਹੇਲੀ ਦਾ ਕਰੀਏ ਖੁਦਾ ਤੋਂ ਲੱਭ ਲੈਂਦੀ ਮੌਤ ਭਾਵੇਂ ਕਿਤੇ ਲੁਕੀਏ ਸਹੁੰ ਲੱਗੇ ਰਾਤਾਂ ਨੂੰ ਨਾ ਸੌਂਦੇ ਬੱਲਿਆ ਜਿੰਨਾ ਹੁੰਦਾ ਬਣਨਾ ਸਟਾਰ ਕੱਲਦੇ ਤੇ ਟਾਈਡ ਨਾਲ ਇਹ ਜਿੱਦਾਂ ਦੇ ਦਾਗ ਲੈਂਦੇ ਨਾ ਤੇ ਪਾਰਲੇ ਦੀ ਖਾ ਕੇ ਦੀ ਦਿਮਾਗ ਚੱਲਦੇ ਬਾਕੀ ਗੱਲ ਤੇ ਕਹਿੰਦੇ ਟਿਕਾਣੇ ਲੱਗ ਗਈ ਹੈ ਔਰ ਇੱਧਰ ਬਹੁਤ ਵੱਡਾ ਮੈਂ ਧੰਨਵਾਦ ਕਰਾਂਗਾ ਬਾਈ ਦਿਲਪ੍ਰੀਤ ਗਿੱਲ ਕਨੇਡਾ ਚਾਂਗਲੀ ਪਿੰਡ ਦੇ ਵਰਿੰਦਰ ਦੇ ਲਈ ਔਰ ਨਾਲ ਇਹਨਾਂ ਬੋਲਾਂ ਦੇ ਲਈ ਹੈ ਗਿਆਰਾਂ ਗਿਆਰਾਂ ਸੌ ਦੇ ਜਿਹੜੇ ਵੱਡੇ ਮਾਣ ਭੇਜੇ ਆ ਗੁਆਂਢੀ ਪਿੰਡਾਂ ਦੇ ਅੱਜ ਕਹਿੰਦੇ ਪਿੰਡਾਂ ਦੇ ਵਿੱਚ ਰੌਣਕਾਂ ਵੱਡੀਆਂ ਲੱਗੀਆਂ ਹੋਈਆਂ ਨੇ ਬਹੁਤ ਬਹੁਤ ਧੰਨਵਾਦ ਮੈਂ ਕਰਾਂਗਾ ਸਾਡੇ ਬਾਈ ਦਾ ਬਹੁਤ ਸਾਰਾ ਪਿਆਰ ਸਤਿਕਾਰ ਜਿਹੜਾ ਭੇਜਿਆ ਇਹਨਾਂ ਬੋਲਾਂ ਦੇ ਲਈ ਆ ਔਰ ਇੱਧਰ ਮੁਕਾਬਲਾ ਵੀ ਕਹਿੰਦੇ ਚੋਟੀ ਦਾ ਦੋ ਨੰਬਰ ਗਰਾਊਂਡ ਤੇ ਵੀ ਆ ਉਹ ਕਹਿੰਦੇ ਮੇਰੇ ਮਿੱਤਰੋ ਮੈਂ ਤੱਕ ਅਰਮਾਚੀ ਟੀਮ ਦੇ ਲਈ ਆ ਸੰਗਵਾਲੀਆ ਕਹਿੰਦੇ ਗੋਲ ਵੀ ਪੁੱਜਿਆ ਹੋਇਆ ਹੈ ਇੱਕ ਗੱਲ ਪੱਕੀ ਆ ਚਾਰ ਇੱਕ ਸਕੋਰ ਅਵਰੇ ਚੌਂਟੀ ਚੌਂਟੀ ਤਗੜੀ ਬਾਲ ਮਾਰ ਗਿਆ ਬਈ ਵਾਲੀਆ ਪੰਜਵਾਂ ਨੰਬਰ ਜੋੜਤਾ ਪੰਜ ਇੱਕ ਅਵਰੇ ਇਹ ਮੁੰਡੇ ਦੀ ਕਹਿੰਦੇ ਸਿਫਤਾਂ ਦੀ ਜੋਰ ਹੀ ਲਾਈ ਆਉਂਦਾ ਬਾਲਾ ਫੈਟਾ ਬਈ ਵਾਲੀਆ ਪੰਜਵਾਂ ਨੰਬਰ ਜੋੜ ਗਿਆ ਪੰਜ ਇੱਕ ਰਾਏਕੋਟ ਦਾ ਕਹਿੰਦੇ ਜਿੰਦਰ ਫੜਾ ਲਾਡੀ ਵਰਗੇ ਟੀਮ ਟਾਪ ਦੀ ਹੈ ਉਹ ਖੇਡ ਦੇ ਮੈਦਾਨ ਵਿੱਚ ਖਿੱਚਦੀ ਲਕੀਰ ਤੇ ਹੁਣ ਪਤਾ ਲੱਗੂ ਇਹ ਕਿਹਦਾ ਤਗੜਾ ਸਰੀਰ ਉਧਰ ਜਾਦੂ ਕਹਿੰਦਾ ਗੋਲ ਦੀ ਉਹ ਲਾ ਦੇ ਪਾਲਾ ਚਿੱਤਰ ਦੀ ਤੇਰੀ ਹੋਰ ਮਿੱਤਰੋ ਤੇ ਸਾਹਮਣੇ ਪੈਕਟਾਂ ਪੱਕੀ ਨੇ ਚੁੱਪਣਾ ਵੀ ਲਾਉਣਿਆ ਪੱਟਾਂ ਹੋਰ ਮਿੱਤਰੋ ਜ਼ੋਰ ਲੱਗਿਆ ਹੋਇਆ ਤੇ ਸਬਲ ਦਾ ਕਹਿੰਦੇ ਬਈਆਲ ਦੇ ਗੁਰਵਿੰਦਰ ਸਿੰਘ ਲਾਡੀ ਨੇ ਜੋੜ ਦਿੱਤੀ ਹੈ ਲੈ ਵੀ ਗੋਲਡਨ ਸਮਝਾਲਾ ਮੁੰਡਿਆਂ ਨੂੰ ਮੈਂ ਸਹਿਮੀ ਹੈ ਪਿੰਡ ਵੀ ਨੇੜੇ ਉੱਨੀ ਇੱਕੀ ਹੋ ਗਈ ਉਹ ਪਿੰਡ ਜਾਣ ਨੂੰ ਜੀ ਨਹੀਂ ਕਰਨਾ ਉੱਨੀ ਇੱਕੀ ਹੋ ਗਈ ਤੇ ਗੱਲਾਂ ਹੋਰ ਹੋ ਜਾਣਗੀਆਂ ਕੁਝ ਵੱਖਰਾ ਕਰਾਂਗੇ ਸਾਰੇ ਜੱਗ ਤੋਂ ਬਾਕੀ ਜੋੜਿਆਂ ਦੀ ਵੱਖਰੀ ਜਮਾਤ ਹੁੰਦੀ ਹੈ ਗੱਲਾਂ ਵੀ ਕਹਿੰਦੇ ਉਹਨਾਂ ਦੀਆਂ ਹੁੰਦੀਆਂ ਜਿੰਨਾ ਚ ਕੋਈ ਗੱਲ ਬਾਤ ਹੁੰਦੀ ਹੈ ਗੱਲਾਂ ਵੀ ਉਹਨਾਂ ਦੀਆਂ ਹੁੰਦੀਆਂ ਬਾਕੀ ਦੁਨੀਆਂ ਉਹਨਾਂ ਦੀਆਂ ਗੱਲਾਂ ਕਰਦੀ ਹੈ ਜਿਹਨਾਂ ਨੇ ਮਿਹਨਤਾਂ ਕੀਤੀਆਂ ਅੱਜ ਇਹਨਾਂ ਖਿਡਾਰੀਆਂ ਦੀਆਂ ਕਹਿੰਦੇ ਗੱਲਾਂ ਹੋ ਰਹੀਆਂ ਸਿੱਖੇ ਦੇ ਵਿੱਚ ਬਹੁਤ ਵੱਡਾ ਮੈਚ ਅੱਜ ਦੇ ਦਿਨ ਦਾ ਖੇਡਿਆ ਜਾ ਰਿਹਾ ਲੋ ਰਾਏਕੋਟੀਆ ਚ ਦਰਬਾਰ ਸੁਣਿਆ ਟੀਵੀ ਅਖਬਾਰਾਂ ਵਿੱਚ ਨਾ ਬੋਲਦਾ ਇੱਕ ਨਹੀਂ ਉਹ ਥਾਂ ਥਾਂ ਬੋਲਦਾ ਕਿਹਦਾ ਪੁੱਤ ਕਿਹਦਾ ਪੋਤਾ ਕਹਿੰਦਾ ਕਿਹੜੇ ਕੋਚ ਵੀ ਮਹਾਨ ਦਾ ਇਹਨਾਂ ਮਾਵਾਂ ਦੇ ਪੁੱਤ ਖੇਡਾਂ ਖੇਡਦੇ ਤੇ ਨੌ ਚਾਹੋ ਜੀ ਵੱਡੀ ਲੀਡ ਬਣਾ ਲਈ ਹੈ ਲੈ ਵੀ ਢਾਲ ਮਾਰੀ ਵਾਲਾ ਦੱਸ ਦੋ ਕਿੰਨੇ ਨੰਬਰ ਇੱਕ ਪਾਸੇ ਨੌ ਹੈ ਦੂਜੇ ਪਾਸੇ ਇੱਕ ਨੌ ਤੇ ਇੱਕ ਵਨ ਸਾਈਡ ਮੈਚ ਕਹਿਦੀਏ ਫਰਕ ਬੜੇ ਹੈ ਜਿੰਕ ਨੇ ਜੀ ਤੇਰੇ ਮੇਰੇ ਹਾਲਾਤਾਂ ਦੇ ਦੁਨੀਆਂ ਫੈਨ ਹੈ ਯਾਰਾਂ ਦੀ ਤੇ ਯਾਰ ਨੇ ਫੈਨ ਉਹਦੀਆਂ ਬਾਤਾਂ ਦੇ
ਫਰਕ ਬੜੇ ਆ ਜਿੰਕਨੀ ਨੀ ਤੇਰੇ ਮੇਰੇ ਹਾਲਾਤਾਂ ਦੇ। ਵਾਹ ਜੀ ਵਾਹ। ਮੈਂ ਕਹ ਲਈਏ ਕਹਿੰਦੇ ਪ੍ਰੇਮਜੀਤ ਦੀਆਂ ਲਿਖੀਆਂ ਹੋਈਆਂ ਲੈਣਾ ਨੇ ਇਧਰਲੇ ਪਾਸੇ ਵੀ ਬੂਟੇ ਬਾਈ ਨੰਬਰ ਇੱਕ ਵਾਰੀ ਜ਼ਰੂਰ ਦੱਸੋ ਮੇਰਾ ਬਾਈ ਕਿੰਨੇ ਹੋ ਗਏ ਬਿੰਦਰੀ ਵੀਰੇ ਦੋ ਤੇ ਬਰਾਬਰੀ ਹੈ ਜੀ ਕਿਆ ਬਾਤ ਹੈ ਬਹੁਤ ਟਾਪ ਦਾ ਮੁਕਾਬਲਾ ਖੇਡਿਆ ਜਾ ਰਿਹਾ ਰਾਏਕੋਟੀਆ ਜਿੱਧਰ ਤੇ ਨਾਲ ਬਈਆਂ ਦਾ ਕਹਿੰਦੇ ਲਾਡੀ ਆ ਉਹ ਬਾਲਾਂ ਜੱਗੀ ਤੇ ਲਾਉਣ ਫਿਰਦੇ ਆ ਜਦੀ ਜੱਗੀ ਤਗੜਾ ਹੋ ਜਾ ਇਹ ਸਾਰਿਆਂ ਦੀ ਅੱਖੋਂ ਤੇ ਤੇਰੇ ਤੇ ਆ ਵੱਡੇ ਬਾਈ ਆ ਉਹ ਬਾਲਾਂ ਮੋੜੀ ਆ ਹੁਣ ਤੇ ਵੀ ਦਿਲ ਆ ਖੇਡ ਇਸ਼ਕ ਦੀ ਬਾਜੀ ਕਦੇ ਹਰ ਕੇ ਬਹਿ ਜੀ ਨਾ ਖਿਡਾਰੀ ਜਿੱਤ ਵੀ ਜਾਂਦੇ ਨੇ ਉਹ ਖਿਡਾਰੀ ਹਰ ਵੀ ਜਾਂਦੇ ਨੇ ਪਰ ਤਲਵੰਡੀ ਵਾਲਾ ਤੇਰਾ ਜੱਗੀ ਮਾਸਟਰ ਮੁੰਡਿਆਂ ਨੇ ਉਹ ਤੇਰਾ ਜੱਗੀ ਮਾਸਟਰ ਹੈ ਲੈ ਵੀ ਜੱਗੀ ਸੈੱਟ ਹੋ ਜਾ ਉਹ ਮੁੰਡਿਆਂ ਦੀ ਅੱਖ ਤੇਰੇ ਤੇ ਹੈ ਸੋਹਣਾ ਮੈਚ ਰਹਿ ਕੋਟੀਆ ਤਿਆਰ ਹੈ ਪੁੱਤਰਾਂ ਦੇ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਚਰਨਾਂ ਦੀ ਸੋ ਪ੍ਰਾਪਤ ਧਰਤੀ ਜਸ ਮਾਨ ਵੀਰੇ ਇਹ ਸੈਮੀ ਆ ਜੀ ਉੱਧਰ ਦੂਜਾ ਸੈਮੀ ਚੱਲ ਪਿਆ ਬਈਏ ਵਾਲ ਤੇ ਸਹਾਰਨ ਮਾਜਰੇ ਦਾ ਦੋਨਾਂ ਦਾ ਜੇਤੂ ਦਾ ਫਾਈਨਲ ਖੇਡਿਆ ਜਾਣਾ ਜਸ ਮਾਨ ਜੀ ਰਾਏਕੋਟ ਦੇ ਵਿੱਚ ਦੋਨੋਂ ਸੈਮੀਆਂ ਜੋ ਜਿਹੜੀਆਂ ਜਿੱਤਣਗੀਆਂ ਉਹਦਾ ਫਾਈਨਲ ਮੈਚ ਹੋਣਾ ਸੋਹਣੇ ਵੀਰ ਰਵਿੰਦਰ ਸਿੰਘ ਲਾਡੀ ਬਈਏ ਵਾਲੀ ਆ ਬਹੁਤ ਵੱਡੀ ਗਲਤੀ ਕਰ ਬੈਠਾ ਹੈ ਸਫਲਤਾ ਫੇਰ ਕਹਿੰਦੇ ਹਾਰਨ ਵੱਜਦੇ ਦੇ ਖਾਤੇ ਨਾਲ ਹੀ ਉੱਧਰ ਦੇ ਪਾਸੇ ਭਰਾ ਸਾਡਾ ਬਲਜੀਤ ਦਾ ਢਲੇਰੀਆ ਬਲਜੀਤ ਢਲੇਰ ਵਾਲਾ ਸਾਡਾ ਵੀਰ ਉਹਨਾਂ ਨੇ ਬਹੁਤ ਸਾਰਾ ਪਿਆਰ ਸਤਿਕਾਰ ਭੇਜਿਆ ਤੇ ਨਾਲ ਦਲੀਰ ਵਾਲਾ ਮੁੰਡਾ ਔਰ ਬਹੁਤ ਵੀਰਾਂ ਦਾ ਮੈਂ ਧੰਨਵਾਦ ਕਰਾਂਗਾ ਤੇ ਗੱਡੀਆਂ ਕਰ ਗਈਆਂ ਕੋਚ ਕਾਫਲੇ ਲਵੀ ਵੱਧ ਗਿਆ ਇਧਰਲੇ ਪਾਸੇ ਬਿੰਦਰੀ ਨੰਬਰ ਤਿੰਨ ਬਰਾਬਰ ਹੀ ਹੈ ਜੀ ਹਲੇ ਤੇ ਕਹਾਣੀ ਲੰਬੀ ਚੱਲੂ ਅਣਫਿਰ ਮੰਗੂ ਤਿੰਨ ਤਿੰਨ ਨੰਬਰ ਹੈ ਬਹੁਤ ਬਹੁਤ ਧੰਨਵਾਦ ਉੱਧਰ ਜਿੰਨੇ ਵੀ ਵੀਰ ਜੁੜੇ ਬੈਠੇ ਆ ਲਾਈਵ ਦੇ ਜ਼ਰੀਏ ਔਰ ਆਸੇ ਪਾਸੇ ਜਿੰਨੇ ਵੀ ਭਰਾ ਬੈਠੇ ਹੋ ਵੈਲਕਮ ਵੈਲਕਮ ਜੀ ਜਸਮਾਨ ਜੀ ਸ਼ੁਕਰ ਗੁਜ਼ਾਰ ਆ ਵੀ ਛੱਡ ਕੰਮ ਕਾਰ ਖੇਡਾਂ ਦੇਖਣ ਦੀ ਆਉਂਦੇ ਆ ਖਿਡਾਰੀਆਂ ਦੇ ਹੌਸਲੇ ਲਈ ਤਾੜੀਆਂ ਵਜਾਉਂਦੇ ਆ ਤੇ ਲੈਣ ਮੈਚਾਂ ਦੇ ਨਜ਼ਾਰੇ ਬਈ ਕੋਈ ਬੈਠ ਖੜ ਕੇ ਤੇ ਬੋਲੇ ਵਾਲੀਬਾਲ ਦਾ ਜਨੂੰਨ ਵੀ ਹੁਣ ਲੋਕਾਂ ਦੇ ਔਰ ਸਿਰ ਚੜ੍ਹ ਕੇ ਬਾਕੀ ਕਹਿੰਦੇ ਵਾਲੀਬਾਲ ਦਾ ਜਿਹੜਾ ਜਨੂੰਨ ਹੈ ਵਾਲੀਬਾਲ ਦਾ ਇਸ਼ਕ ਹੈ ਵਾਲੀਬਾਲ ਦਾ ਪਿਆਰ ਹੈ ਮੁਹੱਬਤ ਹੈ ਲੋਕਾਂ ਦੇ ਸਿਰ ਚੜ੍ਹ ਕੇ ਬੋਲਦੀ ਹੈ ਬਹੁਤ ਤਕੜਾ ਮੈਚ ਲੈ ਨੱਥੂ ਵਾਲੀ ਹੈ ਲਾਮ ਰਾਜਾ ਤੂੰ ਵੀ ਤਕੜਾ ਖੇਡੇ ਇਹਨਾਂ ਮੈਦਾਨਾਂ ਦੇ ਵਿੱਚ ਕਿਹੜੀ ਟੀਮ ਨੇ ਜਿੱਤਣਾ ਦੇਖ ਸਾਹਮਣੇ ਕਹਿੰਦੇ ਮੁੰਡੇ ਧੰਨ ਧੰਨ ਕਰਵਾਈ ਜਾਂਦੇ ਹੈ ਧੰਨ ਗੱਭਰੂ ਜੋ ਬੰਦ ਸੰਗਾਰੇ ਮੈਦਾਨਾਂ ਦੇ ਦੇਖ ਫੁੱਲਾਂ ਬਾਂਹ ਕਿਵੇਂ ਚਿਹਰੇ ਹੱਥ ਦੇ ਜਵਾਨਾਂ ਦੇ ਕਹੇ ਬੂਟਾ ਨਸਿਆਂ ਦੀ ਲੱਤ ਕਰਕੇ ਭੁੱਲ ਕੇ ਵੀ ਲਾਉਣੀ ਨਾ ਮੱਲਾ ਮਾਰ ਲੈ ਜਵਾਨਾ ਇਹ ਜਵਾਨੀ ਬਾਰ ਬਾਰ ਆਉਣੀ ਨਾ ਮੱਲਾ ਮਾਰ ਲੈ ਜਵਾਨਾ ਜਵਾਨੀ ਦਾ ਬਹਾਰ ਜਵਾਨੀ ਦੀ ਨਿੱਘ ਹੈ ਫਿਰ ਮੈਦਾਨ ਦੇ ਵਿੱਚ ਕਹਿੰਦੇ ਨੱਚਦੀ ਟੱਪਦੀ ਜਵਾਨੀ ਬੱਲੇ ਬੱਲੇ ਕਰਵਾ ਰਹੀ ਹੈ ਔਰ ਜੱਗੀ ਸਹਾਰ ਬਈਏਵਾਲ ਦੇ ਖਾਤੇ ਸੀਮਾ ਲੱਗ ਗਿਆ ਜੀ ਪੰਜ ਤਿੰਨ ਹੋ ਗਏ ਜੀ ਪੰਜ ਤੇ ਤਿੰਨ
ਓਏ ਸਮੈਸ਼ ਓਏ ਪਰਮ ਯਾਰ ਤਗੜੀ ਸਮੈਸ਼ ਸਕੋਰ ਤੀਜਾ ਜੋੜ ਗਿਆ ਪਰਮਾ ਇਹ ਸੁੱਖਾ ਮਰਦੜੀ ਵਾਲਾ ਤਗੜੀ ਸਮੈਲ ਆ ਗਿਆ ਸੁੱਖਾ ਮਰਦੜੀ ਆਊਟਬਾਲ ਆ ਜੀ ਆਊਟਬਾਲ ਮਰਦਾ ਹੇੜੀ ਤੇ ਚੈਣੇਵਾਲ ਜੀ ਇੱਕ ਪਾਸੇ ਜ਼ਿਲ੍ਹਾ ਪਟਿਆਲਾ ਹੈ ਦੂਜੇ ਪਾਸੇ ਜ਼ਿਲ੍ਹਾ ਮਾਨਸਾ ਖੇਡ ਰਿਹਾ ਹੈ ਪਰ ਮੈਨੂੰ ਲੱਗਦਾ ਵੀ ਮੁੰਡਿਆਂ ਨੇ ਪਟਿਆਲੇ ਵਾਲਿਆਂ ਨੇ ਵੱਡੀ ਲੀਡ ਬਣਾ ਲਈ ਹੈ ਜਿੱਤ ਦੇ ਮੁੰਡੇ ਬਿਲਕੁਲ ਨੇੜੇ ਤੇੜੇ ਜੇ ਮੈਨੂੰ ਲੱਗਦੇ ਹੈ ਜਿੱਤ ਦੇ ਕਹਿੰਦੇ ਮੁੰਡੇ ਬਿਲਕੁਲ ਨੇੜੇ ਤੇੜੇ ਜੇ ਲੱਗਦੇ ਹੈ ਵਾਹ ਸੁਣਿਆ ਇਹ ਚਿੜੀ ਹੈ ਚਣੇ ਵਾਲੀ ਆ ਲੈ ਦੱਸਦਾ ਨੱਥੂ ਵਾਲੀ ਆ ਕਿੰਨੇ ਕਿੰਨੇ ਨੰਬਰ ਕੀ ਕਹਿੰਦਾ ਧੌਲ ਮਾਜਦੇ ਵਾਲਾ ਨਵੀਂ ਨੈਣਾ ਨੇ ਚਿੜੀ ਚੋਣੀ ਤੇ ਟੁੱਗੀ ਚੋਣੀ ਇੱਥੇ ਰੱਖ ਬਾਰਾਂ ਤੇ ਤਿੰਨ ਬਹੁਤ ਵੱਡਾ ਫਰਕ ਹੈ ਬਾਰਾਂ ਜਿਹੜੇ ਨੰਬਰ ਮਰਦ ਹੈਡੀ ਵਾਲੇ ਮੁੰਡਿਆਂ ਦੇ ਤਿੰਨ ਨੰਬਰ ਹੈ ਚੈਣੇ ਵਾਲੀਆਂ ਦੇ ਨੌ ਨੰਬਰਾਂ ਦੀ ਬਹੁਤ ਵੱਡੀ ਲੀਡ ਬਣਾ ਲਈ ਹੈ ਮੁੰਡਿਆਂ ਨੇ ਬੰਦਰੀ ਬਾਈ ਕਿੰਨੇ ਕਿੰਨੇ ਹੋ ਗਏ ਨੰਬਰ
ਕਰੋ ਜੀ ਇਸ਼ਾਰਾ, ਛੇ 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 ਤਿੰਨ ਉਹ ਸਿਰਾ ਡਿਫੈਂਸ ਹੋਏ ਸਕਦੀ ਯਾਰ, ਬਹੁਤ ਤਕੜੀ ਬਾਲ ਮੋੜ ਕੇ ਮੁੰਡਾ ਬਿੱਲੇ ਕਿੰਨੇ ਕਿੰਨੇ ਹੋ ਗਏ ਨੰਬਰ ਦੱਸੀ ਬਿੱਲੇ ਚੌਦਾਂ ਇੱਧਰ ਇੱਧਰ ਠੀਕ ਹੈ ਵੀਰੇ ਠੀਕ ਹੈ ਜੀ ਤਰਨ ਵੀਰੇ ਵਾਹ ਜੀ ਵਾਹ ਬਾਬਾ ਜੀ ਦੇ ਅੱਜ ਟੋਣੇ ਬਹੁਤ ਪਾਉਂਦੇ ਆ ਬਾਲ ਦੇ ਭਗਵੰਤ ਸਿੰਘ ਕਹਿੰਦੇ ਗੁੱਲੀ ਆਇਆ ਹੋਇਆ ਹੈ ਕਹਿੰਦੇ ਇੱਧਰ ਵੀ ਸੱਤ ਹੋ ਗਏ ਨਾ ਅੱਠ ਵਾਹ ਜੀ ਵਾਹ ਇੱਧਰ ਜਿੰਦਰ ਆਇਆ ਹੋਇਆ ਤੇ ਜਦੋਂ ਜੈਂਪਰ ਆਇਆ ਹੋਵੇ ਫਿਰ ਤੇ ਗੱਲ ਹੀ ਵੱਖਰੀ ਆ ਤਾਜਪੁਰੀ ਇਹ ਮਾਣ ਕਰਦਾ ਜੈਂਪਰ ਦੀ ਖੇਡ ਤੇ ਗੱਲਾਂ ਹੁੰਦੀਆਂ ਨੇ ਵੀ ਛੱਡੇ ਓਂਕਾਰ ਆਇਆ ਹੋਇਆ ਜੱਦੀ ਪਿੰਡ ਲੱਗੀ ਬਿੰਦਰੀ ਇਹਦਾ ਧਲੇਰ ਕਲਾਂ ਪਿੰਡ ਆ ਜੈਂਪਰ ਦੀਆਂ ਗੱਲਾਂ ਹੁੰਦੀਆਂ ਨੇ ਹਾਂ ਪਿਛਲੇ 25-26 ਸਾਲਾਂ ਤੋਂ ਰਹਿਣ ਵਸੇਰੇ ਜਿਹੜੇ ਉਹ ਬਈ ਵਾਲ ਪਿੰਡ ਦੇ ਵਿੱਚ ਹੈ ਲੈ ਨੰਬਰਦਾਰ ਹੁਣ ਨਾ ਭਾਂਡੇ ਗੋਰੀ ਚ ਪਵਾ ਦੀ ਗਏ ਦੇ ਹੁਣ ਜਿਹੜੀ ਬੋਟ ਬਣੀ ਆ ਬਣੀ ਰਹਿਣ ਦੇ ਠੀਕ ਹੈ ਜੀ ਆਹੋ ਵੇਖ ਲਾ ਲਾਡੀ ਕੀ ਕਰਦਾ ਲਾਡੀ ਨੇ ਤਾਂ ਕਰਨਾ ਦਿਲ ਤੱਕ ਤੱਕ ਕਰਦਾ ਜੱਗੀ ਅਸਰ ਨਵਾਇਰੇ ਵਾਲਾ ਮੂਰੇ ਸਹੀ ਬਾਤ ਹੈ ਕਿਉਂਕਿ ਬੋਟਾਂ ਵੀ ਨੇੜੀ ਆ ਬੂਟੇ ਗੱਲ ਤਾਂ ਮੰਗਾ ਵੀ ਬਹੁਤ ਮੰਨਦਾ ਜੱਸੇ ਦੀ ਅੱਜ ਬੇਇੱਜ਼ਤੀ ਕਰਾਤੀ ਮੰਗੇ ਨੇ ਯਾਰ ਜਜ਼ਾਰ ਸਮਝਦਾ ਗੱਲ ਓਏ ਸਮਝਦਾ ਉਹਨੂੰ ਪਤਾ ਵੀ ਤਾਂ ਬੈਠਾ ਉਹ ਚੜ੍ਹ ਕੀ ਕਰਦਾ
ਕਿੰਨੇ ਪੁਆਇੰਟ ਆ ਤਰਨ? 13 4 ਪੁਆਇੰਟ ਆ ਜੀ, 13 ਮਰਦੈੜੀ ਜੋਟੀ ਬਈਏਵਾਲ ਦੇ, ਬਈਏਵਾਲ 4 3 ਨੰਬਰ ਚੈਣੇਵਾਲ ਦੇ ਵਿਕਾਸ ਬਾਰੇ ਕਹਿੰਦੇ ਆਪ ਨਮਾਇਦਾ ਓਏ ਸਮੈਸ ਓਏ ਪਰਮ ਯਾਰ ਤਗੜੀ ਸਮੈਸ ਤਿੰਨ ਅਫਸਰ ਬਚੇ ਜੀ ਨੌ ਤੇ ਤਿੰਨ ਜੀ ਸਾਡਾ ਚੇਂਜ ਹੈ ਇੱਧਰ ਵੀ ਨੌ ਤੇ ਤਿੰਨ ਇਹਤੋਂ ਬਾਅਦ ਅੱਜ ਦੇ ਦਿਨ ਦਾ ਫਾਈਨਲ ਮੈਚ ਪ੍ਰਧਾਨ ਜੀ ਬਾਕੀ ਰਹਿ ਜਾਣਾ ਹੈ ਫਾਈਨਲ ਮੈਚ ਆਪਣੇ ਵੱਡੇ ਉਧਰ ਵੀ ਮਰਦ ਆਈਡੀ ਵਾਲੀ ਜਿੱਤ ਦੇ ਨੇੜੇ ਤੇੜੇ ਹੈ ਮੈਂ ਕਹਿੰਦਾ ਨੀਲੇ ਜੇ ਨਾ ਕਹਿੰਦੇ ਬਈ ਵਾਲੀਆਂ ਮੁੰਡੇ ਜਿਹੜੇ ਬਣਾਈ ਫਿਰਦੇ ਆ ਨੀਲੇ ਹੋਣਗੇ ਨੀਲੇ ਉਹ ਤਿੰਨ ਨੇ ਨਾ ਬੈਸਟ ਵਧੀਆ ਵਧੀਆ ਬਾਈ ਰਵੀ ਪੂਨੀਆ ਕਨੇਡਾ ਬਹੁਤ ਬਹੁਤ ਸਵਾਗਤ ਆ ਜੀ ਰਵੀ ਪੂਨੀਆ ਕਨੇਡਾ ਪਰ ਆਪਣਾ ਜਲਾਲ ਦੀ ਵਾਲੀ ਆ ਬਹੁਤ ਬਹੁਤ ਸਵਾਗਤ ਆ ਪੇਜ ਤੇ ਰਵੀ ਪੂਨੀਆ ਕਨੇਡਾ ਪੇ ਬਹੁਤ ਬਹੁਤ ਧੰਨਵਾਦ ਜੀ ਰਵੀ ਪੂਨੀਆ ਕਨੇਡਾ ਨੇ ਸਟਾਰ ਭੇਜਿਆ ਬਹੁਤ ਬਹੁਤ ਧੰਨਵਾਦ ਰਵੀ ਪੂਨੀਆ ਕਨੇਡਾ ਬਾਈ ਸਟਾਰ ਭੇਜਣ ਵਾਸਤੇ ਧੰਨਵਾਦ ਲਵੀ ਤਰਨ ਕਿੰਨੇ ਕਿੰਨੇ ਹੋ ਗਏ ਨੰਬਰ ਸੁਣ ਵੀਰ
ਕਰਨ ਕਿੰਨੇ ਅੰਦਰ ਰਿਆਨ ਜਾਟ ਨੇ ਸਟਾਰ ਭੇਜਿਆ ਬਹੁਤ ਧੰਨਵਾਦ ਜੀ ਰਿਆਨ ਜਾਟ ਜੀ ਸਟਾਰ ਭੇਜਣ ਵਾਸਤੇ ਬਹੁਤ ਧੰਨਵਾਦ ਸਪੋਰਟ ਭੇਜੀ ਆ ਪੇਜ ਨੂੰ ਭਰਾ ਨੇ ਪਹਿਲਾਂ ਰਵੀ ਪੁਨੀਆ ਕੈਨੇਡਾ ਨੇ ਹੁਣ ਰਿਆਨ ਜਾਟ ਨੇ ਵੱਡੀ ਸਪੋਰਟ ਭੇਜੀ ਆ ਸਟਾਰਾਂ ਦੀ ਪੇਜ ਨੂੰ ਬਹੁਤ ਧੰਨਵਾਦ ਜੀ ਰਿਆਨ ਜਾਟ ਜੀ ਥੈਂਕ ਯੂ ਵੀਰੇ ਪੰਦਰਾਂ ਸਕੋਰ ਵੀ ਲੱਗ ਗਿਆ ਉੱਧਰ ਵੀਰੇ ਪੰਦਰਾਂ ਚਾਰ ਹੋ ਗਏ ਜੀ ਨੌ ਚਾਰ ਜੀ ਉਧਰ ਦੂਜਾ ਸੈਮੀ ਚੱਲੀ ਜਾਂਦਾ ਵੀਰੇ ਬਈਏਵਾਲ ਵਿਦ ਜਿੰਦਰ ਰੈਕੋਟ ਵਰਸਜ ਸਾਰਨ ਮਾਜਰਾ ਵਿਦ ਗੋਲਡੀ ਸੰਗੋਵਾਲ ਉਹ ਵੀ ਜਿੰਨਾ ਕੁ ਰਹਿੰਦਾ ਸੈਮੀ ਦਿਖਾਵਾਂਗੇ ਵੀਰੇ ਫਾਈਨਲ ਵੀ ਦਿਖਾਵਾਂਗੇ ਜੀ ਬਣੇ ਰਹੋ ਬਈ ਗੁੱਡ ਮੋਰਨਿੰਗ ਜੀ ਪ੍ਰਿੰਸ ਹਰਦਾਸਪੁਰਾ ਜੀ ਗੁੱਡ ਮੋਰਨਿੰਗ ਵਧੀਆ ਵਧੀਆ ਪ੍ਰਿੰਸ ਪੂਰੇ ਵਧੀਆ ਸੋਹਣੇ ਵੀਰ ਲਾਸਟ ਆ ਗਿਆ ਨਾ ਲਾਸਟ ਪੁਆਇੰਟ ਆ ਗਿਆ ਵੀਰੇ ਮਰਦੈਡ ਦੀ ਟੀਮ ਦਾ ਲਾਸਟ ਪੁਆਇੰਟ ਜੀ ਤਰਨ ਨਵਾਬ ਜੱਸੇ ਵੀਰ ਬਣ ਕੇ ਟੇਬਲ ਉੱਧਰ ਲਵਾ ਦਿਓ ਕਹਿੰਦਾ ਚੱਕ ਬਸ ਆ ਫਾਈਨਲ ਉੱਧਰ ਹੋਊਗਾ ਹੋਰ ਕੀ ਹੋਣਾ ਕਹਿੰਦਾ ਕੀ ਹੋ ਗਿਆ ਲਾਸਟ ਪੁਆਇੰਟ ਆ ਗਿਆ ਕੋਈ ਚੱਕਰ ਨੀ ਜੇ ਤਾਂ ਲਾਉਣਾ ਗੁਰੀ ਨੂੰ ਕੱਲੇ ਨੂੰ ਕੱਲਾ ਮੈਂ ਦਿਖਾ ਦੂੰਗਾ ਲਵਾ ਦੋ ਕੱਲੇ ਨੂੰ ਕੱਲਾ 1100 ਦੀ ਸ਼ਰਤ ਗੁਰੀ ਓਏ ਕੁਛ ਵੀ ਨੀ ਗੁਰੀ ਮੰਗਾ ਚੈਲੰਜ ਕਰਦਾ ਕੱਲੇ ਨੂੰ ਕੱਲਾ 1100 ਲਾਉਣਾ ਮਰਦਾ ਫਾਈਨਲ ਚ ਪਹੁੰਚ ਗਈ ਦੂਜਾ ਸੈਮੀ ਦਿਖਾਉਣਾ ਜਿੰਨਾ ਕੁ ਰਹਿੰਦਾ ਜੀ ਚੱਕੋ